हमारे साथ कुलदीप जी हैं जो बातचीत करेंगी सुरजीत कौर से. सुरजीत कौर इज अ रेनाउंड पंजाबी पोइट, राइटर, एक्टिविस्ट एंड स्कॉलर. वेलकम बोथ ऑफ यू लेडीज. थैंक यू सो मच सर. थैंक यू. ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ. ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤਾਹਿਰ ਗੋਰਾ ਜੀ, ਹਲੀਮਾ ਸਾਦੀਆ ਅਤੇ ਉਹਨਾਂ ਦੀ ਸਾਰੀ ਟੀਮ ਦੀ, ਜਿਨ੍ਹਾਂ ਨੇ ਮੈਨੂੰ ਅੱਜ ਇਸ ਮੌਕੇ, ਇਸ ਮੰਚ ਤੋਂ ਇਸ ਪ੍ਰੋਗਰਾਮ ਦੇ ਸੰਚਾਲਨ ਦਾ ਮੌਕਾ ਦਿੱਤਾ. ਦੂਜਾ, ਮੈਂ ਬਹੁਤ ਮੁਬਾਰਕਬਾਦ ਦੇਣਾ ਚਾਹੂੰਗੀ ਸਾਰੇ ਬੁੱਧੀਜੀਵੀਆਂ ਨੂੰ ਜਿਹੜੇ ਇੱਥੇ ਹਾਜ਼ਰ ਨੇ ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 2024 ਦੇ ਵਿੱਚ. ਅਤੇ ਸਾਡੇ ਨਾਲ, ਜਿਵੇਂ ਤਾਹਿਰ ਗੋਰਾ ਜੀ ਨੇ ਕਿਹਾ, ਬਹੁਤ ਉੱਘੇ ਇੱਕ ਲੇਖਿਕਾ, ਇੱਕ ਮਹਾਨ ਸ਼ਖਸੀਅਤ ਜੋ ਕਿ ਆਲਮੋਸਟ ਸਾਰੇ ਕੰਟਰੀਜ਼ ਦੇ ਵਿੱਚ ਇਹਨਾਂ ਨੂੰ ਲੋਕ ਅੱਜ ਕੱਲ੍ਹ ਪੰਜਾਬੀ ਦੇ ਨਾਂ ਨਾਲ ਜਾਣਦੇ ਨੇ, ਬਹੁਤ ਅੱਛਾ ਲਿਖਦੇ ਨੇ. ਥੋੜ੍ਹਾ ਜਿਹਾ ਤਾਰੁਫ ਹੋਰ ਕਰਵਾਵਾਂ ਮੈਂ ਇਹਨਾਂ ਦਾ. ਅਤੇ ਸੁਰਜੀਤ ਕੌਰ ਜੀ ਨੇ 4 ਪੋਇਟਰੀ ਦੀਆਂ ਕਿਤਾਬਾਂ ਲਿਖੀਆਂ ਨੇ, ਇੱਕ ਕਹਾਣੀ ਦੀ ਕਿਤਾਬ ਲਿਖੀ ਹੈ, ਇੱਕ ਲਿਟਰੇਰੀ ਕ੍ਰਿਟੀਸਿਜ਼ਮ ਦੀ ਕਿਤਾਬ ਲਿਖੀ ਹੈ, ਅਤੇ 3 ਕਿਤਾਬਾਂ ਇਹਨਾਂ ਨੇ ਐਡਿਟ ਕੀਤੀਆਂ ਨੇ. ਇਸ ਤੋਂ ਇਲਾਵਾ ਇਹਨਾਂ ਦੇ ਬਹੁਤ ਸਾਰੇ ਆਰਟੀਕਲਸ ਅਤੇ ਕਵਿਤਾਵਾਂ ਬਹੁਤ ਸਾਰੀ ਮੈਗਜ਼ੀਨਸ ਅਤੇ ਅਖਬਾਰਾਂ ਵਿੱਚ ਛਪਦੇ ਰਹਿੰਦੇ ਹੈ. ਉਸ ਤੋਂ ਇਲਾਵਾ ਬਹੁਤ ਸਾਰੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਸੰਸਥਾਵਾਂ ਨੇ ਜਿਨ੍ਹਾਂ ਨਾਲ ਸੁਰਜੀਤ ਕੌਰ ਜੀ ਜੁੜੇ ਹੋਏ ਨੇ, ਅਤੇ ਇਹਨਾਂ ਨੂੰ ਕਾਫੀ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ, ਬਹੁਤ ਅਵਾਰਡਸ ਮਿਲੇ ਇਹਨਾਂ ਨੂੰ. ਸੋ ਜੀਆਂ ਆਖਦੀ ਹਾਂ ਜੀ ਤੁਹਾਨੂੰ ਮੈਂ, ਅਤੇ ਸਾਡਾ ਮਾਨ ਸਨਮਾਨ ਤੁਸੀਂ. ਅਤੇ ਸੁਰਜੀਤ ਜੀ, ਜਿਵੇਂ ਸਾਰੇ ਤੁਹਾਨੂੰ ਇੱਥੇ ਜਾਣਦੇ ਵੀ ਨੇ, ਅਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਆਪਣਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਪੰਜਾਬੀ ਲਿਟਰੇਚਰ ਇਨ ਕੈਨੇਡਾ, ਇਹ ਆਪਣਾ ਵਿਸ਼ਾ ਹੈ ਅੱਜ ਦਾ. ਅਤੇ ਇਸ 'ਤੇ ਆਪਾਂ ਗੱਲਬਾਤ ਕਰਾਂਗੇ ਅਤੇ ਸੁਰਜੀਤ ਜੀ ਤੋਂ ਉਹਨਾਂ ਦੇ ਵਿਚਾਰ ਲਵਾਂਗੇ. ਪੰਜਾਬੀ ਜਿਹੜੀ ਹੈ ਉਹ ਅੱਜ 5 ਦਰਿਆਵਾਂ ਦੀ ਹੀ ਨਹੀਂ, 7 ਸਮੁੰਦਰਾਂ ਪਾਰ ਫੈਲੀ ਇੱਕ ਭਾਸ਼ਾ ਬਣ ਗਈ ਹੈ. ਅਤੇ ਦੂਜੀਆਂ ਭਾਸ਼ਾਵਾਂ, ਸੱਭਿਆਚਾਰ, ਵਾਤਾਵਰਣ ਅਤੇ ਸਾਹਿਤਿਕ ਜਿਹੜੀਆਂ ਸ਼ੈਲੀਆਂ ਨੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਈ ਹੈ. ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਕੈਨੇਡਾ ਵਿੱਚ ਰਹਿੰਦੇ ਹੋਏ ਕੀ ਤੁਸੀਂ ਆਪਣੀਆਂ ਜਿਹੜੀ ਸਾਹਿਤਿਕ ਰਚਨਾਵਾਂ ਨੇ ਉਹਨਾਂ ਵਿੱਚ ਕੈਨੇਡੀਅਨ ਲੈਂਡਸਕੇਪ ਨੂੰ ਮੁੱਖ ਰੱਖ ਕੇ ਲਿਖਦੇ ਹੋ ਜਾਂ ਪੰਜਾਬ ਦੇ ਲੈਂਡਸਕੇਪ ਨੂੰ, ਜੇ ਦੋਨਾਂ ਨੂੰ ਤਾਂ ਉਹਨਾਂ ਦਾ ਕੀ ਅਨੁਪਾਤ ਹੈ? ਥੈਂਕ ਯੂ ਕੁਲਦੀਪ ਜੀ. ਪਹਿਲਾਂ ਤਾਂ ਮੈਂ ਤਾਹਿਰ ਅਸਲਮ ਗੋਰਾ ਅਤੇ ਸਾਰੀ ਟੀਮ ਨੂੰ ਧੰਨਵਾਦ ਕਰਦੀ ਹਾਂ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ, ਪਿਛਲੇ ਸਾਲ ਵੀ ਇਹ ਮੌਕਾ ਦਿੱਤਾ. ਮੈਂ ਬਹੁਤ ਨਿਮਾਣਾ ਜਿਹਾ ਬੰਦਾ ਅਤੇ ਤੁਸੀਂ ਮੈਨੂੰ ਇੰਨਾ ਮਾਣ ਦਿੰਦੇ ਹੋ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ. ਅਤੇ ਪਹਿਲੀ ਗੱਲ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਰਾਈਟਰਸ ਕੈਨੇਡਾ ਦੇ ਵਿੱਚ ਹੈ, ਮੈਂ ਇਕੱਲੀ ਨਹੀਂ ਹੈਗੀ, ਮੈਂ ਸ਼ਾਇਦ ਉਹਨਾਂ ਤੋਂ ਸਭ ਤੋਂ ਪਿੱਛੇ ਹੀ ਹੋਵਾਂ, ਪਰ ਇਹ ਮੈਨੂੰ ਮਾਣ ਮਿਲਿਆ. ਮੈਂ ਇਹਦੇ ਲਈ ਫਿਰ ਤੋਂ ਬਹੁਤ ਬਹੁਤ ਧੰਨਵਾਦੀ ਹਾਂ. ਤੁਸੀਂ ਜੋ ਸਵਾਲ ਪੁੱਛਿਆ ਕੈਨੇਡਾ ਦੇ ਵਿੱਚ ਰਹਿੰਦਿਆਂ, ਆਫਕੋਰਸ ਜਿਹੜਾ ਧਰਾਤਲ ਹੁੰਦਾ ਜਿੱਥੇ ਤੁਸੀਂ ਰਹਿੰਦੇ ਹੋ ਉਹ ਇਨਵਾਇਰਮੈਂਟ ਤੁਹਾਨੂੰ ਬਹੁਤ ਖਿੱਚਦਾ ਹੈ, ਉਹ ਤੁਹਾਡੇ ਲੇਖਣੀ ਦੇ ਵਿੱਚ ਆ ਜਾਂਦਾ ਹੈ. ਔਰ ਮੈਨੂੰ ਕਿਉਂਕਿ ਬਹੁਤ ਸਾਲ ਹੋ ਗਏ ਬਾਹਰ ਰਹਿੰਦਿਆਂ, ਅਤੇ ਮੇਰੀ ਲੇਖਣੀ ਵਿੱਚ ਪੰਜਾਬ ਬਹੁਤ ਘੱਟ ਆਇਆ. ਮੈਂ ਜ਼ਿਆਦਾਤਰ
ਕੈਨੇਡਾ ਦੀਆਂ ਸਮੱਸਿਆਵਾਂ ਬਾਰੇ, ਖਾਸ ਕਰਕੇ ਜਿਹੜੀਆਂ ਮੇਰੀਆਂ ਕਹਾਣੀਆਂ ਨੇ, ਮੈਂ ਉਹ ਸਾਰੀਆਂ ਕੈਨੇਡਾ ਦੀਆਂ ਜਿੰਨੀਆਂ ਵੀ ਸਾਡੀਆਂ ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ, ਮੈਂ ਮੇਰੀ ਕਹਾਣੀ ਦੇ ਵਿੱਚ ਉਹ ਆਇਆ। ਕਵਿਤਾਵਾਂ ਵਿੱਚ ਮੈਂ ਇੱਥੋਂ ਦੇ ਮੂਲ ਵਾਸੀਆਂ ਬਾਰੇ ਵੀ ਕਵਿਤਾ ਲਿਖੀ ਹੈਗੀ ਹੈ। ਇੱਥੋਂ ਦੇ ਜਿਹੜਾ, ਕਿਉਂਕਿ ਇੱਥੋਂ ਦਾ ਨੇਚਰ ਜਿਹੜੀ ਹੈ ਉਹ ਸਾਨੂੰ ਬੜੀ ਪ੍ਰਭਾਵਿਤ ਕਰਦੀ ਹੈ, ਔਰ ਮੇਰੀ ਜਿਹੜੀ ਕਵਿਤਾ ਹੈ ਨਾ ਖਾਸ ਕਰਕੇ ਉਹਦੇ ਵਿੱਚ ਨੇਚਰ ਜਿਹੜਾ, ਨੇਚਰ ਦਾ ਬਹੁਤ ਰੋਲ ਹੈ, ਅਤੇ ਮੈਨੂੰ ਨੇਚਰ ਬਹੁਤ, ਮਤਲਬ ਰੂਹਾਨੀਅਤ ਅਤੇ ਨੇਚਰ, ਮੈਂ ਦੋਨੋਂ ਇੱਕੋ ਹੀ ਚੀਜ਼ਾਂ ਨੇ, ਇਹ ਦੋਨੋਂ ਮੇਰੀ ਕਵਿਤਾ ਦੇ ਵਿੱਚ ਮੂਲ ਰੂਪ ਦੇ ਵਿੱਚ ਇਹਨਾਂ ਨੇ ਪ੍ਰਭਾਵਿਤ ਕੀਤਾ ਹੈ। ਲੇਕਿਨ ਇੱਥੋਂ ਦੀਆਂ ਸਮਾਜਿਕ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਮੈਂ ਬੜਾ ਨਿਠਾਤਿਬ ਹੋਈ ਹਾਂ, ਖਾਸ ਕਰਕੇ ਜੇ ਤੁਸੀਂ ਇੰਡੀਆ ਦੀ, ਭਾਰਤ ਦੀ ਗੱਲ ਕਰੋ ਤਾਂ ਜਿਹੜੀ ਉੱਥੇ ਦੀ ਔਰਤ ਦੀ ਜਿਹੜੀ ਸਥਿਤੀ ਹੈ ਜੀ, ਉਹਨੂੰ ਮੈਂ ਮੁਖਾਤਿਬ ਹੋਈ ਹਾਂ। ਹਾਂਜੀ, ਅਤੇ ਇਸ 'ਤੇ ਤੁਹਾਡੀ ਇਸ ਗੱਲਬਾਤ ਨੂੰ ਮੱਦੇਨਜ਼ਰ ਰੱਖਦੇ ਹੋਏ, ਇਸੇ ਗੱਲ ਤੋਂ ਇੱਕ ਸਵਾਲ ਤੁਹਾਡੇ ਲਈ, ਕੋਈ ਐਸੀ ਖਾਸ ਕਵਿਤਾ ਜਾਂ ਕੋਈ ਐਸੀ ਖਾਸ ਕਹਾਣੀ ਜਿਹਦੇ ਵਿੱਚ ਤੁਸੀਂ ਕੈਨੇਡੀਅਨ ਜਿਹੜੀ ਸੋਸ਼ਲ ਜਾਂ ਨੱਚ ਨੇਚਰ ਜਾਂ ਜੋ ਵੀ ਤੁਹਾਡੀ ਇੱਕ ਕਲੋਜ਼ ਹੈ, ਤੁਹਾਡੇ ਦਿਲ ਦੇ ਕਰੀਬ ਹੈ, ਉਹਨੂੰ ਲੈ ਕੇ ਤੁਸੀਂ ਕੋਈ ਐਸੀ ਕਹਾਣੀ ਜਿਹੜੀ ਤੁਸੀਂ ਸਾਡੇ ਨਾਲ, ਸਾਡੇ ਦਰਸ਼ਕਾਂ ਨਾਲ, ਸਾਡੀ ਔਡੀਅੰਸ ਨਾਲ ਸਾਂਝੀ ਕਰਨੀ ਚਾਹੋ? ਮੇਰੀ ਜਿਹੜੀ ਕਿਤਾਬ ਪਾਰਲੇ ਪੁੱਲ ਹੈ ਉਹਦੇ 'ਚ 10 ਕਹਾਣੀਆਂ ਨੇ, 10 ਦੇ ਵਿੱਚੋਂ ਜਿਹੜੀਆਂ 9 ਨੇ ਉਹ ਇੱਥੋਂ ਦੀਆਂ, ਜਿਹੜੀ ਮੈਂ ਸਮੱਸਿਆਵਾਂ ਨਹੀਂ ਕਹਾਂਗੀ ਕਿ ਇੱਥੋਂ ਦੀ ਜਿਹੜੀ ਸਾਡੀ ਜ਼ਿੰਦਗੀ ਆ ਉਹਦੇ ਨਾਲ ਸੰਬੰਧਿਤ ਨੇ। ਜਿਹੜੀ ਪਾਰਲੇ ਪੁੱਲ ਨਾਂ ਦੀ ਕਹਾਣੀ ਆ ਉਹ ਮੈਂ ਲਿਖੀ ਸੀ ਜਦੋਂ 9/11 ਹੋਇਆ ਸੀ ਅਮੈਰੀਕਾ ਦੇ ਵਿੱਚ, ਅਤੇ ਉਹਦੇ ਨਾਲ ਸੰਬੰਧਿਤ ਕਰਕੇ ਮੈਂ ਲਿਖਿਆ ਹੈ ਕਿ ਜਿਹੜੇ ਅਸੀਂ ਲੋਕ ਹੈਗੇ ਹਾਂ ਕਿ ਇੱਕ ਪਾਸੇ ਤਾਂ ਜਾਨਵਰਾਂ ਨੂੰ, ਮਤਲਬ ਆਪਣੇ ਪੈਟਸ ਨੂੰ ਇੰਨਾ ਪਿਆਰ ਕਰਦੇ ਹਾਂ, ਦੂਜੇ ਪਾਸੇ ਅਸੀਂ ਜਿਹੜੀਆਂ ਇੰਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਤ੍ਰਾਸਦੀਆਂ ਸਾਡੀ ਦੇਸ਼ 'ਚ ਹੋਈਆਂ, ਸਾਡੀ ਦੁਨੀਆ 'ਚ ਹੋ ਰਹੀਆਂ ਨੇ, ਅਤੇ ਉਹਨਾਂ ਨੂੰ, ਮਤਲਬ ਅਸੀਂ ਉਹਨਾਂ ਨੂੰ ਢਾਉਂਦਿਆਂ ਜਾਂ ਲੋਕਾਂ ਨੂੰ ਕਤਲ ਕਰਦਿਆਂ ਮਾਰਦਿਆਂ ਅਸੀਂ ਜ਼ਰਾ ਵੀ ਸੋਚਦੇ ਨਹੀਂ ਹੈਗੇ। ਹਾਂਜੀ, ਪਰਵਾਹ ਨਹੀਂ ਕਰਦੇ। ਸੋ ਇਹ ਮੇਰੀ ਉਹ ਕਹਾਣੀ ਜਿਹੜੀ ਉਦੋਂ 9/11 ਦੇ ਵਿੱਚੋਂ ਨਿਕਲੀ ਸੀ। ਇੱਕ ਕਹਾਣੀ ਮੈਂ ਇੱਥੋਂ ਦੀ ਜਿਹੜੀ ਇੰਸ਼ੋਰੈਂਸ ਦੀ ਜਿਹੜਾ ਮਿਸਯੂਜ਼ ਹੁੰਦਾ ਹੈ ਉਹਦੇ 'ਤੇ ਮੈਂ ਕਹਾਣੀ ਉਹਦੇ 'ਤੇ ਲਿਖਿਆ ਕਿ ਕਿਸ ਤਰ੍ਹਾਂ ਅਸੀਂ ਲੋਕ ਇੱਥੇ ਆ ਕੇ ਅਸੀਂ ਸੋਚਦੇ ਹਾਂ ਕਿ ਜਿਹੜੀ ਇੰਸ਼ੋਰੈਂਸ ਹੈ ਅਸੀਂ ਉਸ ਨੂੰ ਮਿਸਯੂਜ਼ ਕਰ ਸਕਦੇ ਹਾਂ। ਹਾਂਜੀ, ਅਤੇ ਇੱਕ 2 ਕਹਾਣੀਆਂ ਜਿਹੜੀਆਂ ਮੈਂ ਲਿਖੀਆਂ ਉਹ ਇੱਥੇ ਆ ਕੇ ਜਿਹੜੀਆਂ ਲੇਡੀਜ਼ ਇਕੱਲੀਆਂ ਹੋ ਗਈਆਂ, ਕਿ ਮੈਰਿਜਸ ਟੁੱਟ ਗਈਆਂ, ਬਰੋਕਨ ਮੈਰਿਜਸ ਜਿਹੜੀਆਂ ਸੀਆਂ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਜਾਂ ਬੁਢਾਪਾ ਆ ਗਿਆ ਅਤੇ ਉਹ ਇਕੱਲੀਆਂ ਹੋ ਗਈਆਂ, ਬੱਚਿਆਂ ਨੇ ਉਹਨਾਂ ਨੂੰ ਛੱਡ ਦਿੱਤਾ, ਅਤੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਮੈਂ ਇੰਪਾਵਰ ਕੀਤਾ, ਇਹ ਮੈਂ ਇਹਦੇ ਬਾਰੇ ਕਹਾਣੀ ਲਿਖੀਆਂ। ਮਤਲਬ ਨਿੱਠ ਕੇ ਮੈਂ ਇਹ ਕਹਾਣੀਆਂ ਲਿਖੀਆਂ ਕਿ ਜਿਹੜੀ ਔਰਤ ਹੈ ਉਹ ਐਮਪਾਵਰਡ ਹੋਵੇ। ਸੋ ਇਸ ਤਰ੍ਹਾਂ ਦੀਆਂ ਇੱਕ ਕਹਾਣੀ ਜਿਹੜੀ ਮੇਰੀ ਆਇਲਨ ਐਂਡ ਐਵਨ, ਜਿਹਨੂੰ ਕਿ ਹੁਣ ਫਿਰ ਇਹ ਅੱਖਰ ਦੇ ਵਿੱਚ ਛਪ ਰਹੀ ਹੈਗੀ ਹੈ। ਹਾਂਜੀ, ਅੱਖਰ ਮੈਗਜ਼ੀਨ ਅੰਮ੍ਰਿਤਸਰ ਤੋਂ ਨਿਕਲਦਾ, ਉਹਦੇ ਵਿੱਚ ਛਪ ਰਹੀ ਹੈ। ਉਹ ਹੈਗੀ ਜਿਹੜੀ ਸੀਰੀਆ ਦੀ ਵਾਰ ਸੀ, ਤੁਹਾਨੂੰ ਯਾਦ ਹੋਣਾ ਹੈ ਕਿ
ਇੱਕ ਬੱਚਾ ਸੀ ਜਿਹਨੇ ਲਾਲ ਸ਼ਰਟ ਪਾਈ ਸੀ, ਲਾਲ ਨਿੱਕਰ ਪਾਈ ਸੀ ਅਤੇ ਹਰੀ ਸ਼ਾਇਦ ਸ਼ਰਟ ਪਾਈ ਸੀ, ਅਤੇ ਉਹ ਤੱਟ ਦੇ ਉੱਤੇ 3 ਸਾਲ ਦਾ ਬੱਚਾ ਉਹ ਜਿਹੜਾ ਮੂਧਾ ਪਿਆ ਸੀ, ਅਤੇ ਮੈਨੂੰ ਉਸ ਜਿਹੜੀ ਤਸਵੀਰ ਸੀ ਨਾ ਜਿਹਨੂੰ ਲੋਕਾਂ ਨੇ ਕਿਹਾ ਸੀ ਕਿ $1,000,000 ਦੀ ਤਸਵੀਰ ਹੈ, ਮੈਨੂੰ ਉਹਨੇ ਨਾ ਇੰਨਾ ਜ਼ਿਆਦਾ ਡਿਸਟਰਬ ਕੀਤਾ ਸੀ ਕਿ ਮੈਂ ਪਹਿਲਾਂ ਇੱਕ ਕਵਿਤਾ ਲਿਖੀ, ਕਵਿਤਾ ਲਿਖ ਕੇ ਮੈਨੂੰ ਲੱਗਿਆ ਕਿ ਨਹੀਂ ਮੇਰੇ ਕੋਲੋਂ ਮੇਰਾ ਤਸੱਲੀ ਨਹੀਂ ਹੋਈ, ਫਿਰ ਮੈਂ ਆਈਲੈਂਡ ਐਂਡ ਐਵਨ ਇੱਕ ਕਹਾਣੀ ਲਿਖੀ ਕਿ ਜਿਹੜੀਆਂ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ, ਹੈ ਨਾ, ਜਿਹੜੇ ਕਿ ਸੀਮਾਵਾਂ ਕਰਕੇ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਲਾਜ਼ ਕਰਕੇ ਜਿਹੜੇ ਸਾਰੇ ਸਫ਼ਰ ਕਰ ਰਹੇ ਨੇ, ਜਿਹੜੇ ਲੋਕ ਮਤਲਬ ਰਸਤਿਆਂ ਦੇ ਵਿੱਚ ਜਿਹੜੇ ਹੱਦਾਂ ਟੱਪ ਕੇ ਆਉਣਾ ਚਾਹੁੰਦੇ ਨੇ, ਅਤੇ ਇਸ ਤਰ੍ਹਾਂ ਦੀ ਮੇਰੀ ਮਤਲਬ ਮੈਂ ਬਹੁਤ ਸਾਰੇ ਵਿਸ਼ੇ ਲਏ ਨੇ। ਜੀ ਹਾਂ, ਮੈਂ ਵੀ ਤੁਹਾਡੀ ਕਾਫ਼ੀ ਜਿਵੇਂ ਅਸੀਂ ਮਿਲਦੇ ਰਹਿੰਦੇ ਹਾਂ ਕਾਫ਼ੀ ਪ੍ਰੋਗਰਾਮਾਂ ਦੇ ਵਿੱਚ, ਅਤੇ ਅਸੀਂ ਇਹਨਾਂ ਦੀ ਕਾਫ਼ੀ ਕਵਿਤਾਵਾਂ ਵੀ ਸੁਣਦੇ ਹਾਂ ਜਿੱਥੇ ਇਹ ਕਾਫ਼ੀ ਅੰਗਰੇਜ਼ੀ ਦੇ ਲਫ਼ਜ਼ ਯੂਜ਼ ਕਰਕੇ ਅਤੇ ਉਹਨਾਂ ਨੂੰ ਆਪਣਾ ਇੱਕ ਬੜਾ ਅੱਛਾ ਤਰਤੀਬ ਨਾਲ, ਖਾਸ ਕਰ ਮੈਂ ਪੋਇਟਰੀ ਤੁਹਾਡੀ ਸੁਣੀ ਹੈ ਅਤੇ ਉਸ ਕਰਕੇ ਮੈਨੂੰ ਚੱਲ ਮੇਰੇ ਜ਼ਿਆਦਾ ਕਰੀਬ ਲਫ਼ਜ਼ ਉਹ ਜਿਹੜਾ ਮਾਡਰਨ ਟੱਚ ਹੋ ਜਾਂਦਾ ਹੈ। ਹਾਂਜੀ, ਉਹ ਇਸੇ ਕਰਕੇ ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ, ਉਹ ਤੁਹਾਡੇ ਸਵਾਲ ਦੇ ਨਾਲ ਹੀ ਜੁੜਦਾ ਹੈ, ਅਤੇ ਸਾਡੀ ਜਿਹੜੀ ਭਾਸ਼ਾ ਹੈ, ਅਸੀਂ ਕਈ ਲਫ਼ਜ਼ ਨੇ ਜਿੱਦਾਂ ਹੁਣ ਤੁਸੀਂ ਮੇਰੀ ਪਰਸੋਂ ਕਵਿਤਾ ਸੁਣੀ ਹੋਣੀ ਹੈ ਕਿ ਜਿਵੇਂ ਮੈਂ ਰੈੱਡ ਕਾਰਪੈਟ, ਮੈਂ ਰੈੱਡ ਕਾਰਪੈਟ ਨੂੰ ਲਾਲ ਗਲੀਚਾ ਨਹੀਂ ਕਹਿ ਸਕਦੀ, ਰੈੱਡ ਕਾਰਪੈਟ ਦਾ ਇੱਕ ਉਹਦੇ ਪਿੱਛੇ ਇੱਕ ਪੂਰੀ ਦੀ ਪੂਰੀ, ਹਾਂਜੀ ਹਾਂਜੀ, ਹੈ ਨਾ, ਉਹਦੇ ਇੱਕ ਮਤਲਬ ਉਹਦਾ ਉਹਦੀ ਇੱਕ ਸਟੋਰੀ ਹੈ ਉਹਦੇ ਪਿੱਛੇ। ਸੋ ਇਸ ਤਰ੍ਹਾਂ ਕਰਕੇ ਕਿ ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ ਅਤੇ ਸਾਡੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਉਹ ਲਫ਼ਜ਼ ਆ ਜਾਣੇ ਜਿਹੜੇ ਨੇ ਨਾ ਉਹ ਲਾਜ਼ਮੀ ਨੇ। ਬਹੁਤ ਵਧੀਆ ਗੱਲ ਹੈ। ਅਤੇ ਦੂਜਾ ਮੇਰਾ ਸਵਾਲ ਤੁਹਾਡੇ ਲਈ ਹੈਗਾ, ਕਿਉਂਕਿ ਜਿਵੇਂ ਤੁਸੀਂ ਵੀ ਪਹਿਲਾਂ ਕਿਹਾ ਅਤੇ ਆਪਾਂ ਸਾਰੇ ਜਾਣਦੇ ਹਾਂ, ਆਪਾਂ ਬਹੁਤ ਸਾਰੇ ਪ੍ਰੋਗਰਾਮਸ 'ਤੇ ਜਾਂਦੇ ਹਾਂ ਕਿ ਇੱਥੇ ਬਹੁਤ ਹੋਰ ਪੰਜਾਬੀ ਲਿਖਣ ਵਾਲੇ ਨੇ, ਰਾਈਟਰਸ ਨੇ, ਤੁਸੀਂ ਕੈਨੇਡਾ ਵਿੱਚ ਰਹਿੰਦੇ ਵੱਸਦੇ ਅਤੇ ਲਿਖਦੇ ਦੂਜੇ ਜਿਹੜੇ ਰਾਈਟਰਸ ਨੇ ਉਹਨਾਂ ਬਾਰੇ ਕੀ ਸੋਚਦੇ ਹੋ, ਤੁਹਾਡਾ ਕੀ ਵਿਚਾਰ ਹੈ ਉਹਨਾਂ ਦੀਆਂ ਰਚਨਾਵਾਂ ਬਾਰੇ? ਕੈਨੇਡਾ ਦੇ ਵਿੱਚ ਬਹੁਤ ਵੱਡੇ ਵੱਡੇ, ਮੇਰੇ ਹਿਸਾਬ ਨਾਲ ਬਹੁਤ ਵੱਡੇ ਵੱਡੇ ਰਾਈਟਰਸ ਇਸ ਵੇਲੇ ਰਹਿ ਰਹੇ ਨੇ ਜਿਹੜੇ ਕਿ ਬਹੁਤ ਨਿੱਠ ਕੇ ਕੰਮ ਕਰ ਰਹੇ ਹੈਗੇ ਨੇ। ਹੁਣ ਅਸੀਂ ਜਦੋਂ ਕਿਸੇ ਸਾਹਿਤਕ ਸੰਸਥਾ ਦੇ ਵਿੱਚ ਜਾਂਦੇ ਹਾਂ ਅਤੇ ਉਹਦੇ ਵਿੱਚ ਤੁਸੀਂ ਕਈ ਵਾਰੀ 60 ਤੋਂ 70 ਲੋਕ ਆਏ ਹੁੰਦੇ ਨੇ ਔਰ ਉਹ ਸਾਰੇ ਹੀ ਤਕਰੀਬਨ ਰਾਈਟਰ ਨੇ। ਹਾਂ ਠੀਕ ਹੈ ਕਿ ਕਵਿਤਾ ਜ਼ਿਆਦਾ ਲਿਖੀ ਜਾ ਰਹੀ ਹੈ, ਲੇਕਿਨ ਬਹੁਤ ਸੀਰੀਅਸ ਰਾਈਟਿੰਗ ਜਿੱਦਾਂ ਆਪਣੇ ਪ੍ਰਿੰਸੀਪਲ ਸਰਵਨ ਸਿੰਘ ਹੈਗੇ ਨੇ, ਆਪਣੇ ਸੰਧੂ ਸਾਹਿਬ ਹੈਗੇ ਨੇ, ਵਰਿਆਮ ਸਿੰਘ ਸੰਧੂ ਜੀ, ਹੈ ਨਾ, ਅਤੇ ਉਹ ਵੀ ਬਹੁਤ ਹਾਲੇ ਤੱਕ ਵੀ ਨਿੱਠ ਕੇ ਲਿਖ ਰਹੇ ਹੈਗੇ ਨੇ। ਹੋਰ ਵੀ ਸਾਡੇ ਮਤਲਬ ਬਹੁਤ ਸਾਰੇ ਲੇਖਕ ਨੇ, ਨਵੇਂ ਵੀ ਆ ਰਹੇ ਨੇ, ਨਵੇਂ ਲੇਖਕਾਂ ਨੇ ਵੀ ਕਾਫੀ ਯੋਗਦਾਨ ਪਾਇਆ ਕੈਨੇਡਾ ਦੀ ਪੰਜਾਬੀ ਕਵਿਤਾ ਵਿੱਚ। ਮੈਂ ਕਹਿ ਦਾਂਗੀ ਕਿ ਜ਼ਿਆਦਾ ਕਵਿਤਾ ਲਿਖੀ ਜਾ ਰਹੀ ਹੈ ਇੱਥੇ ਕੈਨੇਡਾ। ਜਦੋਂ ਮੈਂ ਕਹਿੰਦੀ ਹਾਂ ਤਾਂ ਮੇਰਾ ਮਤਲਬ ਹੈ ਬਰੈਂਪਟਨ, ਸਾਡਾ ਆਪਣਾ ਓਨਟੇਰੀਓ, ਨੋਟ ਕੈਨੇਡਾ। ਹਾਂਜੀ ਹਾਂਜੀ, ਅਤੇ ਉਹਨਾਂ ਦੀ ਰਚਨਾਵਾਂ ਬਾਰੇ ਤੁਹਾਡਾ ਕੀ ਖਿਆਲ ਹੈ? ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਜਿਵੇਂ ਇੱਕ ਕੈਨੇਡਾ ਨੂੰ ਮੁੱਖ ਰੱਖਦੇ ਹੋਏ ਕਾਫੀ ਸਾਰਾ ਲਿਖਦੇ ਹੋ ਕਵਿਤਾਵਾਂ ਅਤੇ ਕਹਾਣੀਆਂ, ਅਤੇ ਉਹਨਾਂ ਦੀ ਰਚਨਾਵਾਂ ਬਾਰੇ ਕੀ ਖਿਆਲ ਹੈ, ਮੇਰਾ ਇਹ ਸਵਾਲ ਸੀਗਾ। ਹਾਂਜੀ ਹਾਂਜੀ, ਜਿਹੜੀ ਮੈਂ ਪਿਛਲੇ ਸਾਲ ਇੱਕ ਕਿਤਾਬ ਐਡਿਟ ਕੀਤੀ ਸੀ ਜਿਹਦੇ ਵਿੱਚ 44 ਕਵੀ ਸੀ ਜੀ,
ਉਹ ਜਿਹੜੇ ਮੈਂ ਅਸੀਂ ਅਕਸਰ ਸੋਚਦੇ ਹਾਂ ਜਿਹੜਾ ਅਸੀਂ ਸੁਣਦੇ ਰਹਿੰਦੇ ਹਾਂ ਕਿ ਸ਼ਾਇਦ ਜਿਹੜੀ ਕਵਿਤਾ ਆ ਜਾਂ ਗਜ਼ਲਾਂ ਜ਼ਿਆਦਾ ਲਿਖੀਆਂ ਜਾ ਰਹੀਆਂ ਨੇ ਅਤੇ ਉਹ ਸਿਰਫ ਜਾਂ ਤਾਂ ਨਿੱਜ ਤੱਕ ਨਿੱਜ ਨਾਲ ਸੰਬੰਧਿਤ ਹੁੰਦੀਆਂ ਨੇ ਅਤੇ ਜਾਂ ਫਿਰ ਜਿਹੜੀਆਂ ਪੁਰਾਣੀਆਂ ਗਜ਼ਲ ਜਾਂ ਕਵਿਤਾਵਾਂ ਆ ਉਹਨਾਂ ਨੂੰ ਜਿਵੇਂ ਕਹਿੰਦੇ ਹੁੰਦੇ ਨਾ ਕਿ ਪੁਰਾਣੀਆਂ ਬੋਤਲਾਂ ਵਿੱਚ ਨਵੀਂ ਸ਼ਰਾਬ ਕਰਕੇ ਜਾਂ ਨਵੀਆਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਲੀ ਗੱਲ ਹੈ ਕਿ ਉਹ ਇਸ ਤਰ੍ਹਾਂ ਪਰ ਜਦੋਂ ਮੈਂ ਉਹ ਕਿਤਾਬ ਐਡਿਟ ਕੀਤੀ ਉਹਦੇ ਵਿੱਚ ਮੈਂ ਸਾਰੇ ਕੈਨੇਡਾ ਦੀਆਂ ਦੀ ਕਵਿਤਾ ਲਈ ਸੀ ਅਤੇ ਉਹ ਮੈਂ ਦੇਖਿਆ ਕਿ ਕਵਿਤਾ ਜਿਹੜੀ ਹੈ ਨਾ ਅੱਗੇ ਲੰਘ ਗਈ ਹੈ ਕਾਫੀ ਅੱਛੀ ਕਵਿਤਾ ਜਿਹੜੇ ਖਾਸ ਕਰਕੇ 40s ਦੇ ਵਿੱਚ ਜਿਹੜੇ ਕਵੀ ਹੈਗੇ ਨੇ ਨਾ ਉਹ ਕਾਫੀ ਅੱਛੀ ਕਵਿਤਾ ਲਿਖ ਰਹੇ ਹੈ ਜਿਹੜੀ ਕਹਾਣੀ ਅਤੇ ਨਾਵਲ ਹੈ ਇਸ ਵੇਲੇ ਉਹਦੇ 'ਚ ਸਾਡੇ ਵਾਲੇ ਪਾਸੇ ਖੜੋਤ ਆਈ ਹੋਈ ਹੈ ਲੇਕਿਨ BC ਦੇ ਵਿੱਚ ਹਾਲੇ ਵੀ ਬੜੀ ਮਤਲਬ ਨਿੱਠ ਕੇ ਜਿਹੜੇ ਨੇ ਉਹ ਕਹਾਣੀ ਵੀ ਲਿਖ ਰਹੇ ਨੇ ਅਤੇ ਲੇਕਿਨ ਮੈਂ ਦੇਖਿਆ ਵੀ ਗਜ਼ਲ ਵੱਲ ਸਾਡੀ ਜਿਹੜੀ ਕੈਨੇਡੀਅਨ ਸਾਹਿਤ ਹੈ ਨਾ ਉਹਦੇ ਵਿੱਚ ਗਜ਼ਲ ਜਿਹੜੀ ਪ੍ਰਧਾਨਤਾ ਉਹਨੂੰ ਦਿੱਤੀ ਜਾ ਰਹੀ ਹੈ ਅਤੇ ਮੇਰਾ ਖਿਆਲ ਹੈ ਕਿ ਇਹ ਗਲਤ ਫਹਿਮੀ ਵੀ ਹੈਗੀ ਹੈ ਕਿ ਜਿਹੜਾ ਗਜ਼ਲ ਲਿਖਦਾ ਉਹੀ ਸ਼ਾਇਦ ਸ਼ਾਇਰ ਹੁੰਦਾ ਹੈ ਖੁੱਲ੍ਹੀ ਕਵਿਤਾ ਨੂੰ ਲੋਕ ਕਾਫੀ ਨਕਾਰਦੇ ਨੇ ਅਤੇ ਲੇਕਿਨ ਮੈਂ ਹਮੇਸ਼ਾ ਖੁੱਲ੍ਹੀ ਕਵਿਤਾ ਹੀ ਜ਼ਿਆਦਾਤਰ ਲਿਖੀ ਹੈ ਹੈ ਨਾ ਕਿ ਮੇਰੀ 99% ਕਵਿਤਾ ਜਿਹੜੀ ਮੇਰੀ ਖੁੱਲ੍ਹੀ ਕਵਿਤਾ ਹੈ ਮੈਂ ਵੀ ਇਸ ਗੱਲ ਤੋਂ ਸਹਿਮਤ ਹੋਵਾਂਗੀ ਅਤੇ ਦੂਜਾ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਖੁੱਲ੍ਹੀ ਕਵਿਤਾ ਹੈ ਨਾ ਉਹ ਇਹ ਮੰਨਿਆ ਜਾਂਦਾ ਹੈ ਕਿ ਉਹ ਜਪਾਨੀ ਸੋਚ ਹੈ ਕਹਿ ਲਓ ਜਾਂ ਉੱਥੋਂ ਸ਼ੁਰੂਆਤ ਹੋਈ ਹੈ ਜਿਹੜੀ ਆਪਣੀ ਪੁਰਾਣੀ ਬਾਣੀ ਦੀ ਅਤੇ ਗੁਰੂਆਂ ਦੀ ਅਤੇ ਕਵੀਆਂ ਦੀ ਜਿਹੜੀਆਂ ਰਚਨਾਵਾਂ ਸੀਗੀਆਂ ਉਹ ਜਾਂ ਤਾਂ ਗੀਤ ਹੁੰਦੇ ਸੀ ਜਾਂ ਬੰਦ ਹੁੰਦੇ ਸੀ ਜਾਂ ਗਜ਼ਲਾਂ ਹੁੰਦੀਆਂ ਸੀ ਅਤੇ ਇੱਕ ਨਵੀਂ ਕਾਢ ਹੈ ਇਹ ਮੰਨਿਆ ਜਾਂਦਾ ਹੈ ਤਾਂ ਕਰਕੇ ਸ਼ਾਇਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਸ 'ਤੇ ਆਪਾਂ ਸਹਿਮਤ ਵੀ ਹੋ ਸਕਦੇ ਹਾਂ ਨਹੀਂ ਵੀ ਹੋ ਸਕਦੇ ਅਤੇ ਪਰ ਆਪਣਾ ਇੱਕ ਮੈਂ ਕਹੂੰਗੀ ਆਪਣਾ ਇੱਕ ਇੰਟਰਸਟ ਹੈ ਆਪਣਾ ਇੱਕ ਸ਼ੌਕ ਹੈ ਕਿ ਤੁਹਾਨੂੰ ਕੀ ਚੰਗਾ ਲੱਗਦਾ ਹੈ ਅਤੇ ਤੁਸੀਂ ਉਹ ਲਿਖਦੇ ਹੋ ਜੋ ਕਿ ਬਹੁਤ ਅੱਛਾ ਹੈ ਅਸੀਂ ਸਾਰੇ ਸੰਚਾਲਨ ਦੇ ਉਹਦੇ 'ਚ ਰਹਿ ਰਹੇ ਹੈਗੇ ਹਾਂ ਉਹਦੇ ਏਰੀਏ 'ਚ ਕਹਿ ਲਓ ਰਹਿ ਰਹੇ ਹੈਗੇ ਹਾਂ ਕਿ ਜੇ ਵਾਲਟ ਵਿਟਮਨ ਲਿਖ ਕੇ ਕਿ ਦ ਲੀਵਸ ਆਫ ਗਰਾਸ ਲਿਖ ਕੇ ਇੰਨਾ ਫੇਮਸ ਹੋ ਸਕਦਾ ਹੈ ਅਤੇ ਆਫਟਰ ਆਲ ਜਿਹੜੀ ਖੁੱਲ੍ਹੀ ਕਵਿਤਾ ਉਹਦੇ ਵਿੱਚ ਕੁਛ ਹੁੰਦਾ ਹੀ ਹੋਏਗਾ ਨਾ ਬਿਲਕੁਲ ਬਿਲਕੁਲ ਉਹੀ ਕਿਹਾ ਕਿ ਆਪਾਂ ਉਹਨੂੰ ਅਪਣਾਇਆ ਅਤੇ ਚੰਗੀ ਗੱਲ ਹੈ ਉਹ ਤੁਹਾਡੀ ਕਵਿਤਾ ਜਾਂ ਕਿਸੇ ਦੀ ਵੀ ਜੋ ਵੀ ਖੁੱਲ੍ਹੀ ਕਵਿਤਾ ਲਿਖਦਾ ਪਸੰਦ ਕੀਤੀ ਜਾਂਦੀ ਹੈ ਸ਼ਾਇਦ ਉਹ ਆਮ ਲੋਕਾਂ ਦੀ ਭਾਸ਼ਾ ਬਣ ਜਾਂਦੀ ਹੈ ਮੇਰਾ ਇਹ ਮੰਨਣਾ ਹੈ ਹਾਂਜੀ ਅਤੇ ਦੂਜਾ ਮੈਂ ਕਿਉਂਕਿ ਟਾਈਮ ਆਪਣੇ ਕੋਲ ਬਹੁਤ ਘੱਟ ਹੈ ਪਲੀਜ਼ ਦੱਸ ਦੇਣਾ ਜਦੋਂ ਵੀ ਟਾਈਮ ਹੋਣ ਵਾਲਾ ਹੋਏ ਅੱਛਾ ਅਤੇ ਆਖਰੀ ਸਵਾਲ ਹੀ ਹੈ ਇਹ ਆਪਾਂ ਹੋ ਗਿਆ ਰਾਈਟਰਸ ਨੂੰ ਲੈ ਕੇ ਮੈਂ ਯੰਗ ਜਨਰੇਸ਼ਨ ਦੇ ਉੱਤੇ ਇੱਕ ਸਵਾਲ ਪੁੱਛਾਂਗੀ ਅੱਜ ਕੱਲ੍ਹ ਦੇ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਹੈ ਉਹ ਮਿਊਜ਼ਿਕ ਫਿਲਮਾਂ ਅਤੇ ਵਿਜੂਅਲ ਆਰਟਸ ਦੇ ਨਾਲ ਬਹੁਤ ਜੁੜੀ ਹੋਈ ਹੈ ਅਤੇ ਬਹੁਤ ਸਾਰੀਆਂ ਉਹ ਰੀਲਾਂ ਬਣਾਉਂਦੇ ਹੈ ਯੂ ਨੋ ਰੈਪ ਬਣਾਉਂਦੇ ਹੈ ਇਸ ਤਰ੍ਹਾਂ ਦਾ ਮਿਊਜ਼ਿਕ ਬਣਾਉਂਦੇ ਹੈ ਫਿਰ ਉਹਨੂੰ ਛੋਟੇ ਛੋਟੇ ਕਲਿਪਸ ਬਣਾ ਕੇ ਪੋਸਟ ਕਰਦੇ ਹੈ ਠੀਕ ਹੈ ਅਤੇ ਮੇਰਾ ਸਵਾਲ ਇਸ ਨੂੰ ਮੱਦੇਨਜ਼ਰ ਰੱਖਦੇ ਹੋ ਇਹ ਹੈ ਕਿ ਕੀ ਇਹ ਜਿਹੜੀਆਂ ਇਹ ਜਿਹੜਾ ਰੈਪ ਹੈ ਜਾਂ ਰੀਲਾਂ ਨੇ ਇਹ ਸਾਡੀ ਸੱਭਿਆਚਾਰਿਕ ਜਾਂ ਸਾਹਿਤਿਕ ਪਰੰਪਰਾਵਾਂ ਨੂੰ ਕਾਇਮ ਰੱਖ ਰਿਹਾ ਹੈ ਜੇ ਰੱਖ ਰਿਹਾ ਹੈ ਤਾਂ ਕਿਵੇਂ ਜੇ ਨਹੀਂ ਤਾਂ ਕਿਉਂ ਦੇਖੋ ਟੈਕਨੋਲੋਜੀ ਦੇ ਡਿਵੈਲਪਮੈਂਟ ਦੇ ਨਾਲ ਨੈਚੁਰਲੀ ਕਿ ਜਿਹੜੀ ਯੰਗ ਜਨਰੇਸ਼ਨ ਹੈ ਉਹ ਇੱਧਰ ਨੂੰ ਅਗ੍ਰਸਰ ਹੋਈ ਹੈਗੀ ਹੈ ਅਤੇ ਅੱਜ ਕੱਲ੍ਹ ਜਿਹੜਾ ਨਾ ਤੱਤ ਝੱਟ ਤੱਤ ਫੱਟ ਜਿਹੜੀ ਚੀਜ਼ ਹੈ ਨਾ ਉਹਨੂੰ ਪਰੋਸਣ ਦਾ ਆਦੀ ਆਦਤ ਹੋ ਗਈ ਹੈ ਬਿਲਕੁਲ ਲੇਕਿਨ
ਇਹ ਜਿਹੜਾ ਮੈਨੂੰ ਲੱਗਦਾ ਕਿ ਇਹ ਸ਼ਾਰਟ ਲਿਵਡ ਹੈਗਾ, ਕਿਉਂਕਿ ਜਿਹੜਾ ਲਿਖਤੀ ਸਾਹਿਤ ਹੈ ਨਾ, ਉਹਨੇ ਹੀ ਬਚਿਆ ਰਹਿਣਾ ਹੈਗਾ। ਅਤੇ ਪੰਜਾਬੀ ਦੀਆਂ ਮੈਂ ਬਹੁਤ ਸਾਰੀਆਂ ਦੇਖੇ ਕਲਿਪਸ, ਇੱਕ ਇੱਕ ਪੈਰਾ, ਉਹ ਕੁੜੀਆਂ ਬਹੁਤ ਸੋਹਣਾ ਮੇਕਅਪ ਕਰਕੇ ਬਹੁਤ ਸੋਹਣੀ ਉਹ ਅੰਦਾਜ਼ ਦੇ ਨਾਲ ਉਹ ਆਪਣੀ ਕਵਿਤਾ ਬੋਲਦੀਆਂ ਨੇ, ਉਹਨਾਂ ਨੂੰ ਬਹੁਤ ਬਹੁਤ ਸਾਰੇ ਲਾਈਕਸ ਵੀ ਮਿਲਦੇ ਨੇ, ਲੇਕਿਨ ਮਤਲਬ ਕਿ ਹਾਓ ਫਾਰ, ਉਹ ਕਿੰਨੀ ਦੇਰ ਜਿਉਂਦਾ ਰਹੇਗਾ ਉਹ, ਹੈ ਨਾ। ਅਤੇ ਉਹ ਠੀਕ ਆ ਅੱਜ ਅੱਜ ਮਤਲਬ ਉਹਨਾਂ ਨੂੰ, ਕਿਉਂਕਿ ਤੱਤ ਝੱਟ ਦਾ ਜ਼ਮਾਨਾ ਆ ਗਿਆ ਕਿ ਇੱਕਦਮ ਲੋਕ ਮਸ਼ਹੂਰ ਹੋਣਾ ਚਾਹੁੰਦੇ ਨੇ, ਲੇਕਿਨ ਉਹ ਚਿਰਜੀਵੀ ਸਾਹਿਤ ਨਹੀਂ ਮੈਂ ਉਹਨੂੰ ਮੰਨਦੀ, ਹਾਂਜੀ, ਕਿਉਂਕਿ ਉਹਦੇ ਸੀਰੀਅਸਨੈਸ ਵੀ ਹੈ ਨਹੀਂ, ਹਾਂ ਸੰਜੀਵ ਬਾਈ ਕਿਹਾ ਸੀ ਕਿਉਂਕਿ ਉਹਦੇ ਸੰਜੀਦਗੀ ਨਹੀਂ, ਹਾਂ ਫੱਕੜਪਨ ਜ਼ਿਆਦਾ ਦਿਖਦਾ ਹੈ ਬੇਸ ਬੇਸਿਕਲੀ। ਹਾਂਜੀ ਹਾਂਜੀ ਹਾਂਜੀ, ਹੋਰ ਸਵਾਲ ਲਿੱਤਾ ਜਾ ਸਕਦਾ ਕਿ ਨਹੀਂ? ਓਕੇ, ਅਤੇ ਤੁਸੀਂ ਕੈਨੇਡੀਅਨ, ਜਿਵੇਂ ਦੱਸਿਆ ਕਿ ਬਹੁਤ ਸਾਲਾਂ ਤੋਂ ਕੈਨੇਡਾ 'ਚ ਰਹਿ ਰਹੇ ਹੋ, ਅਤੇ ਕੈਨੇਡੀਅਨ ਸਾਹਿਤ ਜੇ ਪੜ੍ਹਨ ਦਾ ਮੌਕਾ ਮਿਲਾ ਹੋਵੇ ਜਾਂ ਪੜ੍ਹਿਆ ਹੋਵੇ, ਉਹਨੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਜਾਂ ਪ੍ਰੇਰਿਤ ਕੀਤਾ? ਔਖਾ ਸਵਾਲ ਹੈ ਜੀ। ਕੈਨੇਡੀਅਨ ਸਾਹਿਤ ਅਸਲ ਦੇ ਵਿੱਚ ਤਾਂ ਮੈਂ ਜਿਹੜਾ ਕੈਨੇਡੀਅਨ ਸਾਹਿਤ ਜਿਹਨੂੰ ਅਸੀਂ ਉੱਚ ਕੋਟੀ ਦਾ ਸਾਹਿਤ ਮੰਨਦੇ ਹਾਂ, ਉਹ ਇੰਡੀਆ ਤੋਂ ਹੀ, ਪੰਜਾਬ ਤੋਂ ਹੀ ਆਇਆ ਹੈਗਾ। ਜੇ ਤੁਸੀਂ ਦੇਖੋ ਸਾਡੇ ਜਿਹੜੇ ਇਸ ਵੇਲੇ ਮਹਾਨ ਰਾਈਟਰਸ ਨੇ, ਉਹ ਸਾਰੇ ਤਕਰੀਬਨ ਸਾਰੇ, ਮੈਂ ਜਦੋਂ ਜਨਰਲਾਈਜ਼ ਕਰਦੀ ਪਈ ਹਾਂ, ਉਹ ਪੰਜਾਬ ਤੋਂ ਲਿਖਦੇ ਆਏ ਨੇ, ਰਿਟਾਇਰ ਹੋ ਕੇ ਆਏ ਨੇ, ਹੈ ਨਾ। ਉਹ ਬਹੁਤ ਅੱਛਾ ਸਾਹਿਤ ਲਿਖ ਰਹੇ ਨੇ, ਲੇਕਿਨ ਜਿੱਦਾਂ ਆਪਣੇ ਜਰਨੈਲ ਸਿੰਘ ਸੇਖਾ ਉੱਧਰ ਰਹਿ ਰਹੇ ਨੇ, ਉਹ ਕਾਫੀ ਦੇਰ ਤੋਂ ਉੱਥੇ ਬੀ ਸੀ 'ਚ ਰਹਿ ਰਹੇ ਨੇ ਨਾ, ਅਤੇ ਉਹਨਾਂ ਦੀਆਂ ਕਹਾਣੀਆਂ, ਉਹ ਜਿਹੜੇ ਪੁਰਾਣੇ ਨਾਵਲ, ਉਹਨਾਂ ਨੇ ਬਹੁਤ ਪ੍ਰਭਾਵਿਤ ਕੀਤਾ, ਕਿਉਂਕਿ ਉਹਦੇ ਵਿੱਚ ਸਾਡੀ ਜਿਹੜਾ ਸਾਡਾ ਸੱਭਿਆਚਾਰ, ਜਿਹੜਾ ਮਤਲਬ ਸਾਡੀ ਹਿਸਟਰੀ ਪਈ ਹੈ ਜੀ, ਕਿ ਅਸੀਂ ਆ ਕੇ ਇੱਥੇ ਕਿੰਨੀਆਂ, ਜਿਵੇਂ ਕਿੰਨੀਆਂ ਅਸੀਂ ਤਕਲੀਫਾਂ ਝੱਲੀਆਂ ਸਾਡੇ ਲੋਕਾਂ ਨੇ ਆ ਕੇ, ਕਿਸ ਤਰ੍ਹਾਂ ਇਸਟੈਬਲਿਸ਼ਮੈਂਟ ਹੋਈ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀ ਇਹਨਾਂ ਦੀ ਇੱਥੇ ਦੇ ਗੋਰਿਆਂ ਦੀ ਜਿਹੜੀ ਕੀ ਕਹਿੰਦੇ ਕਿ ਨਸਲਵਾਦ ਦਾ ਕਿਸ ਤਰ੍ਹਾਂ ਸਾਹਮਣਾ ਕਰਨਾ ਪਿਆ, ਉਹ ਸਾਰਾ ਕੁਛ ਜਿਹੜਾ ਉਹ ਪ੍ਰਭਾਵਿਤ ਤਾਂ ਕਰਦਾ ਹੀ ਹੈ, ਅਤੇ ਅਸੀਂ ਅਸੀਂ ਕਿੱਥੇ ਖੜ੍ਹੇ ਹਾਂ ਅੱਜ, ਸਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ, ਲੇਕਿਨ ਉਹ ਲੋਕ ਉਹਨਾਂ ਲਈ ਅਸੀਂ, ਸਾਡੀ ਰਿਸਪੈਕਟ ਵੱਧਦੀ ਹੈ ਜਦੋਂ, ਔਰ ਇਹ ਰਾਈਟਰ ਹੀ ਲਿਖ ਸਕਦਾ ਕਿਉਂਕਿ ਉਹਨੇ ਉਸ ਸਮਾਜ ਦਾ ਸ਼ੀਸ਼ਾ ਉਹਨੇ ਲਿਖਣ ਉਹਨੇ ਹੁੰਦਾ ਹੈ, ਰਾਈਟਰ ਦੀ ਜਿਹੜੀ ਲਿਖਤ ਹੁੰਦੀ ਹੈ, ਅਤੇ ਉਹਦੇ ਵਿੱਚੋਂ ਜਿੰਨੀ ਹਿਸਟਰੀ ਹੈ ਨਾ, ਉਹ ਹਿਸਟਰੀ ਜਿਹੜੀ ਇਸ ਤਰ੍ਹਾਂ ਘੱਟ ਲਿਖੀ ਜਾਂਦੀ ਹੈ ਪ੍ਰੋਜ਼ ਦੇ ਵਿੱਚ, ਲੇਕਿਨ ਕਵਿਤਾ ਦੇ ਵਿੱਚ ਜਾਂ ਸਾਡੇ ਸਾਹਿਤ ਦੇ ਵਿੱਚ ਜਿਹੜੀ ਸਾਡੀ ਹਿਸਟਰੀ ਹੈ ਨਾ, ਉਹ ਜ਼ਿਆਦਾ ਪਈ ਹੁੰਦੀ ਹੈ ਉਹਦੇ ਵਿੱਚੋਂ ਹਿਸਟਰੀ, ਸੋ ਉਹ ਹਿਸਟਰੀ ਕ੍ਰੀਏਟ ਕਰ ਰਹੇ ਨੇ, ਇਸ ਲਈ ਉਹਨਾਂ ਤੋਂ ਪ੍ਰਭਾਵਿਤ ਹੋਣਾ ਜ਼ਰੂਰੀ ਹੈ, ਬਿਲਕੁਲ। ਅਤੇ ਟਾਈਮ ਹੋਰ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਵਧਣ ਦਾ, ਸਾਨੂੰ ਇੱਥੇ ਹੀ ਆਪਣਾ ਅੱਜ ਦਾ ਇਹ ਸੈਗਮੈਂਟ ਖਤਮ ਕਰਨਾ ਪਏਗਾ। ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਸੁਣਨ ਦਾ, ਅਤੇ ਸੁਰਜੀਤ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਕੁਲਦੀਪ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ ਦਾ ਅਤੇ ਬਹੁਤ ਹੀ ਸ਼ੁਕਰੀਆ। ਆਈ ਹੋਪ ਕਿ ਮੇਰੇ ਸਵਾਲਾਂ, ਮੇਰੇ ਜਵਾਬਾਂ ਨੇ ਤੁਹਾਨੂੰ ਕੁਛ ਨਾ ਕੁਛ ਚੰਗਾ ਲੱਗਿਆ ਹੋਏਗਾ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਵੈਰੀ ਮਚ ਟੂ ਆਲ ਆਫ ਯੂ।